ਅਸੀਂ ਤਾਂ ਬਸ ਇੱਥੇ ਦੇ ਆ ਜੀ। ਨਹੀਂ ਨਹੀਂ ਉਦਾਂ ਕਿੱਥੇ ਬੈਕਗ੍ਰਾਉਂਡ ਤੁਹਾਡੀ ਕਿਹੜੀ ਆ? ਸਾਡੀ ਕੈਰੀਬੀਅਨ ਆ ਜੀ। ਕੈਰੀਬੀਅਨ ਆ? ਹਾਂਜੀ ਹਾਂਜੀ। ਤੁਸੀਂ ਪੰਜਾਬੀ ਕਿੱਥੋਂ ਸਿੱਖੀ ਆ? ਰੱਬ ਦਾ ਕੰਮ ਕਰਦੇ ਕਰਦੇ। ਨਹੀਂ ਪੰਜਾਬੀ ਕਿੱਥੋਂ ਸਿੱਖੀ ਆ? ਬਸ ਰੱਬ ਦਾ ਕੰਮ ਕਰਦੇ ਇੱਥੇ ਸਲਾਖਿਸ਼ ਲੋਕਾਂ ਦਾ ਕੰਮ ਕਰਦੇ ਕਰਦੇ। ਹਾਂ ਹਾਂਜੀ ਉਹੀ ਆ। ਨਹੀਂ ਪਰ ਉਹ ਪੰਜਾਬੀ ਸਕੂਲ ਵਿੱਚ ਸਿੱਖੀ ਜਾਂ? ਨਹੀਂ 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 ਜੀ, ਜਾਂ ਰੱਬ ਦਾ ਕੰਮ ਕਰਦੇ ਕਰਦੇ। ਰੱਬ ਦਾ ਕਰਦੇ ਕਰਦੇ ਤੁਸੀਂ ਪੰਜਾਬੀ ਸਿੱਖ ਲਈ? ਕਰਦੇ ਹਾਂਜੀ। ਅੱਛਾ, ਮਤਲਬ ਹੋਰ ਤੁਸੀਂ ਪੰਜਾਬੀ ਵਿੱਚ ਪ੍ਰਚਾਰ ਕਰਦੇ ਆ? ਹਾਂਜੀ ਹਾਂਜੀ, ਜੀਸਸ ਕ੍ਰਾਈਸਟ ਦਾ। ਹਾਂਜੀ ਹਾਂਜੀ। ਅੱਛਾ, ਤੇ ਹੋਰ ਤੁਸੀਂ ਕਿੱਥੇ ਕਿੱਥੇ ਜਾਂਦੇ ਆ? ਸਾਰੇ ਪਾਸੇ ਜਾਂਦੇ ਭਾਜੀ, ਸਾਰੇ ਪਾਸੇ ਜਾਂਦੇ ਆ। ਪੰਜਾਬੀ ਬੋਲਦੇ ਆ, ਸਾਨੂੰ ਬੜਾ ਮਾਣ ਹੁੰਦਾ ਤੇ ਪੰਜਾਬੀ ਬੜੀ ਲੈਂਗੁਏਜ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਬੋਲਦੇ ਆ, ਸਿੱਖਣੀ ਚਾਹੀਦੀ ਆ ਹਰੇਕ ਨੂੰ। ਅਸੀਂ ਇੰਗਲਿਸ਼ ਬੋਲ ਸਿੱਖਦੇ ਹਾਂ ਤੇ ਤੁਸੀਂ ਪੰਜਾਬੀ ਸਿੱਖਦੇ ਆ, ਸਾਨੂੰ ਬੜੀ ਖੁਸ਼ੀ ਆ। ਸਾਡੇ ਬੱਚੇ ਇੰਗਲਿਸ਼ ਬੋਲਦੇ ਆ ਤੇ ਤੁਸੀਂ ਪੰਜਾਬੀ ਬੋਲਦੇ, ਬੜੀ ਖੁਸ਼ੀ ਦੀ ਗੱਲ ਆ। ਅਸੀਂ ਵੀ ਬਹੁਤ ਖੁਸ਼ ਹਾਂ, ਅਸੀਂ ਸਾਰੇ ਬਰਾਬਰ ਹੀ ਆ, ਫੈਮਿਲੀ ਆ, ਸੋ ਅਸੀਂ ਟ੍ਰਾਈ ਕਰਦੇ ਕਿ ਦੂਜਾ ਬਾਰੇ ਵੀ ਸਿੱਖੀਏ। ਹਾਂਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਥੈਂਕ ਯੂ ਭਾਜੀ। ਪਾਲ ਤੇਰਾ ਨਾਂ? ਹਾਂਜੀ। ਅੱਛਾ, ਤੁਸੀਂ ਜੀਸਸ ਕ੍ਰਾਈਸਟ ਦਾ ਪ੍ਰਚਾਰ ਕਰ? ਹਾਂਜੀ ਹਾਂਜੀ ਹਾਂਜੀ। ਤੇ ਫਿਰ ਦੱਸੋ, ਫਿਰ ਦੁਨੀਆ ਵਿੱਚੋਂ ਦੁੱਖ ਕਿਸ ਤਰ੍ਹਾਂ ਦੂਰ ਹੋ ਸਕਦੇ? ਹਾਂਜੀ, ਮੈਂ ਦੱਸ ਦੂੰਗਾ, ਪਤਾ ਕੀ, ਮੈਂ ਕਿਸੇ ਨੂੰ ਮਿਲ ਕੇ ਆ ਜਾਊਂਗਾ ਛੇਤੀ, ਹੈ ਨਾ, ਫਿਰ ਆ ਜਾਊਂਗਾ ਬਾਅਦ ਵਿੱਚ। ਨਹੀਂ ਨਹੀਂ, ਮੈਨੂੰ ਹੁਣ ਦੱਸ ਯਾਰ, ਫਿਰ ਮੈਂ ਬਾਹਰ ਨੂੰ ਜਾਣਾ। ਕੋਈ ਗੱਲ ਨੀ ਭਾਜੀ, ਬੰਦ ਕਰ ਲੋ ਥੋੜੀ ਚਿਰ ਵਾਸਤੇ, ਮੈਂ ਤੁਹਾਨੂੰ ਸਮਝਾ ਦਿੰਦਾ, ਕੋਈ ਗੱਲ ਨੀ।